ਸਰਕਾਰ ਵੱਲੋਂ ਕੈਪਟਨ ਅਮਰਿੰਦਰ ਸਿੰਘ ਜੀ ਹੋਰਾਂ ਵੱਲੋਂ ਜਿੰਨੇ ਵੀ ਜਿਹੜੇ ਵਿਚਾਰੇ ਇਸ ਦੁਨੀਆ 'ਤੇ ਨਹੀਂ ਰਹੇ ਜਿਹੜੇ ਫੌਤ ਹੋ ਗਏ ਨੇ, ਉਹਨਾਂ ਨੂੰ 2 ਲੱਖ ਰੁਪਈਆ ਸਾਰਿਆਂ ਨੂੰ ਸਰਕਾਰ ਵੱਲੋਂ ਮਦਦ ਦਿੱਤੀ ਜਾਊਗੀ। ਸਰ ਕਿੰਨੇ ਹੋਏ ਨੇ? 2 ਜਾਣੇ ਕਨਫਰਮ ਨੇ, ਅਤੇ ਆਪਾਂ ਅਰਦਾਸ ਕਰੀਏ ਵੀ ਬਾਕੀ ਸਾਰੇ ਪਰਮਾਤਮਾ ਉਹਨਾਂ ਨੂੰ ਠੀਕ ਕਰ ਦੇ। ਜਿੰਨੇ ਜ਼ਖਮੀ ਹੈਗੇ ਟੋਟਲ 9 ਜਾਣੇ, ਜਿਨ੍ਹਾਂ 'ਚੋਂ 7 ਇੱਥੇ ਨੇ, 2 ਸਿਵਲ ਹੋਸਪਿਟਲ ਨੇ, ਅਤੇ ਉਹਨਾਂ ਦਾ ਜਿੰਨਾ ਇਲਾਜ ਹੈ ਉਹ ਸਾਰੇ ਦਾ ਸਾਰਾ ਸਰਕਾਰ ਕਰਾਏਗੀ। ਸਰ ਕੀ ਗੱਲ ਹੋਈ? ਉਹ ਤਾਂ ਤੁਹਾਨੂੰ ਪੁਲਿਸ ਆਫਿਸਰਸ ਤੇ ਦੱਸ ਹੀ ਦਿੱਤਾ ਹੋਣਾ, ਉਹਨਾਂ ਨੂੰ ਤਾਂ ਉਹਦੇ ਵਿੱਚ ਤੁਹਾਨੂੰ ਦੱਸ ਹੀ ਦਿੱਤਾ ਇਹਨਾਂ ਦੇ ਸਾਰਾ ਜਿਹੜਾ हॉस्पिटल में बहुत ही दुखदायक इंसिडेंट हुआ है। जैसे पहले आपको बता ही चुके हैं, इसमें 2 लोगों की डेथ हो गई है और 11 को इंजर्ड है गए, उसमें 2 का ऐसे व्यक्ति हैं जो कि सीरियस हैं, उनका इलाज चल रहा है और महाराणा कैप्टन अमरिंदर सिंह की तरफ से अनाउंस हो गया है कि सारा ही उनका फ्री ट्रीटमेंट सरकार करेगी और जो इंजर्ड पर्सन हैं उनको 2 लाख रुपये का भी उसको जिनकी डेथ हुई उनके लिए क्या अनाउंस किया है? 2 लाख रुपया अभी किया है। और जिनका इलाज सारा टोटल फ्री होगा सारा, सर पंजाब सरकार। ओके, थैंक यू। हॉस्पिटल में एक नगर कीर्तन था, ये बाहूबेंड से जा रहा था गुरुद्वारा टालीसार, तो रास्ते में कुछ लड़के जो है सेलिब्रेटरी जैसे फायरिंग टाइप होती है पटाखे बजाते हैं बजा रहे थे, तो उसमें फिर रास्ते में एक जो गलत एक एक्सप्लोजन हो गया, तो ये जो फायर क्रैकर्स का पाउडर होता है उसके साथ ये बेसिकली एक्सप्लोजन हो गया। सर क्या नुकसान हुआ इसमें? जी 2 पर्सन कन्फर्म डेड हैं और 11 पर्सन इंजर्ड हैं। और इनकी इन्वेस्टिगेशन चल रही है इसकी? हाँ जी, अभी इन्वेस्टिगेशन चल रही है चीज़ की, FIR दर्ज कर ली गई है। जी एक नगर कीर्तन था, ये बाहूबेंड से जा रहा था गुरुद्वारा टाली जो नगर कीर्तन निकल रहा सी उस माथे के नाल कई मौत हो गई जख्मी होने की कहना पड़ना? बहुत ही दुखदायी करना है थले गल भाई जी, जिन्हें समुचे लुकाई नु कंबा के रख दिता है, जिन्हें भी किसी ने सुनिया है हर कोई कंबिया है और बड़ा दुख पहुँचाया है। और वो नौजवान जिहड़े घरों गुरु दीआं खुशियां प्राप्त करन वास्ते आए सी, बड़े चाह दे नाल, बड़े उत्साह दे नाल, बड़े श्रद्धा दे नाल जिहड़े नगर कीर्तन विच शामिल होए सी, ते किसी ने नहीं सी सोचा कि अजिहा हादसा वापरेगा, पर बड़ा दुखदाई घटना वापरी है। ਇਹਦੇ 'ਤੇ ਜਿੰਨਾ ਵੀ ਦੁੱਖ ਦਾ ਪ੍ਰਗਟਾਵਾ ਕਰੀਏ ਉਨਾ ਹੀ ਥੋੜ੍ਹਾ, ਪਰ ਦੂਸਰੇ ਪਾਸੇ ਹੈ ਕਿ ਜਿਹੜੇ ਘਰਾਂ ਦੇ ਬੱਚੇ ਚਲੇ ਗਏ ਨੇ, ਉਹ ਨੌਜਵਾਨ ਬੱਚੇ ਜਿਨ੍ਹਾਂ 'ਤੇ ਮਾਪਿਆਂ ਨੂੰ ਮਾਣ ਹੈ, ਜਿਨ੍ਹਾਂ ਦੇ ਉੱਤੇ ਸਮਾਜ ਨੂੰ ਮਾਣ ਹੈ, ਅਤੇ ਅਚਾਨਕ ਹੀ 1 ਸਕਿੰਟ ਦੇ ਵਿੱਚ ਹੀ ਉਹ ਦੁਨੀਆ ਤੋਂ ਚਲੇ ਗਏ, ਇਸ ਵਰਤਾਰੇ ਤੋਂ ਹਰੇਕ ਪਰੇਸ਼ਾਨ ਹੋਇਆ, ਹਰੇਕ ਦੁਖੀ ਹੈ, ਪਰ ਕੀਤਾ ਕੁਛ ਨਹੀਂ ਜਾ ਸਕਦਾ, ਉਹਦਾ ਹੁਕਮ ਹੈ, ਉਹਦੀ ਰਜ਼ਾ ਹੈ, ਉਹਨੂੰ ਅਖੀਰ ਸਵੀਕਾਰ ਕਰਨਾ ਪੈਂਦਾ, ਪਰ ਸਵੀਕਾਰ ਕਰਨਾ ਬੜਾ ਔਖਾ। 2 ਦੀ ਜਿਹੜੀ ਡੈਥ ਹੋਈ ਹੈ, 1 ਬੱਚੀ ਬਹੁਤ ਗੰਭੀਰ ਰੂਪ 'ਚ ਜ਼ਖਮੀ ਹੈ ਅਤੇ 12 ਦੇ ਕਰੀਬ ਕਹਿੰਦੇ ਨੇ ਜਿਹੜੇ ਜ਼ਖਮੀ ਹੋਏ ਨੇ। ਦੇਖੋ ਹਰੇਕ ਵਾਸਤੇ ਇਹ ਦੁੱਖ ਵਾਲੀ ਖਬਰ ਹੈ, ਦੁੱਖ ਵਾਲੀ ਘਟਨਾ ਹੈ। ਮੇਰੇ ਵਾਸਤੇ ਇਸ ਕਰਕੇ ਜ਼ਿਆਦਾ ਦੁੱਖ ਵਾਲੀ ਹੈ ਕਿ ਕਿਉਂਕਿ ਮੇਰੇ ਆਪਣੇ ਸੀ, ਮੇਰੇ ਇਲਾਕੇ ਦੇ ਸੀ, ਮੇਰੇ ਆਪਣੇ ਪਰਿਵਾਰਾਂ ਦੇ ਬੱਚੇ ਸੀ, ਪਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਪਰਿਵਾਰਾਂ ਦੇ ਵਿੱਚ ਰਾਗ ਚਲੇ ਗਏ ਨੇ। ਔਰ ਜਿਸ ਤਰ੍ਹਾਂ ਦਾ ਹਾਦਸਾ ਵਾਪਰਿਆ ਹੈ ਕਿ ਜਿਹੜੀ ਟਰਾਲੀ ਸੀ ਉਹਦੇ ਵੀ ਪਰਖਚੇ ਉੱਡ ਗਏ ਜੀ, ਅਤੇ ਜਿਹੜੇ ਮਨੁੱਖੀ ਜਿਸਮ ਸੀ
ਉਹਨਾਂ ਦੇ ਨਾਲ ਤਾਂ ਜੋ ਕੁਛ ਵਾਪਰਿਆ ਆਪਣੇ ਸਾਰਿਆਂ ਦੇ ਸਾਹਮਣੇ ਇੱਕ ਤਰ੍ਹਾਂ ਤੁੰਬਾ ਤੁੰਬਾ ਹੋਣ ਵਾਲੀ ਗੱਲ ਹੋਈ ਹੈ ਜੀ। ਔਰ ਜਿਹੜੇ ਜ਼ਖਮੀ ਹੋਏ ਆ ਮਹਾਰਾਜ ਸੱਚੇ ਪਾਤਸ਼ਾਹ ਗੁਰਦਾਸ ਕਿ ਉਹਨਾਂ ਨੂੰ ਛੇਤੀ ਤੰਦਰੁਸਤੀ ਬਖਸ਼ੇ ਔਰ ਸਾਰੇ ਚੜ੍ਹਦੀ ਕਲਾ ਨਾਲ ਆਪਦੇ ਘਰਾਂ ਦੇ ਵਿੱਚ ਵਾਪਸ ਜਾਣ। ਪਰ ਇਸ ਘਟਨਾ ਨੇ ਇੱਕ ਸਾਨੂੰ ਸਬਕ ਵੀ ਦਿੱਤਾ ਹੈ ਕਿ ਬਾਬਾ ਜੀ ਦਾ ਜੇ ਖੁਸ਼ੀਆਂ ਲੈਣੀਆਂ ਹੈ, ਗੁਰੂ ਘਰ ਦੀਆਂ ਜੇ ਖੁਸ਼ੀਆਂ ਲੈਣੀਆਂ ਹੈ ਤਾਂ ਸਾਨੂੰ ਸੁਚੇਤ ਵੀ ਹੋਣਾ ਪਊਗਾ, ਸਾਨੂੰ ਜਿਹੜੀਆਂ ਅਜਿਹੇ ਵਰਤਾਰਿਆਂ ਤੋਂ ਬਚਣਾ ਵੀ ਪਊਗਾ। ਵਡੋਵਾ ਸਾਹਿਬ, ਕੈਪਟਨ ਅਮਰਿੰਦਰ ਸਿੰਘ ਨੇ 2 ਲੱਖ ਰੁਪਏ ਦਾ ਐਲਾਨ ਕੀਤਾ ਜਿਹੜੇ ਜਿਹਨਾਂ ਦੀ ਡੈਥ ਹੋਈ ਨੇ ਪਰਿਵਾਰ ਵਾਲਿਆਂ ਨੂੰ, ਬਾਕੀ ਨੇ ਫ੍ਰੀ ਇਲਾਜ ਦਾ ਜਿਹੜਾ ਉਹਨਾਂ ਨੇ ਐਲਾਨ ਕੀਤਾ, ਕੀ ਕਹਿਣਾ ਤੁਹਾਡਾ ਇਹ? ਦੇਖੋ, ਕੈਪਟਨ ਅਮਰਿੰਦਰ ਸਿੰਘ ਨੂੰ ਸਾਡੀ ਤਾਂ ਬੇਨਤੀ ਹੈ ਕਿ ਘੱਟੋ ਘੱਟ 10-10 ਲੱਖ ਰੁਪਇਆ ਜਿਹੜਾ ਹੈ ਪ੍ਰਤੀ ਪਰਿਵਾਰ ਨੂੰ ਦੇਣਾ ਚਾਹੀਦਾ ਹੈ ਜੀ। ਔਰ ਕਿਉਂਕਿ ਕੈਪਟਨ ਸਾਹਿਬ ਨੇ ਬੜਾ ਇੱਕ ਵਧੀਆ ਕਦਮ ਚੁੱਕਿਆ ਕਿ ਜਿੱਥੇ ਵੀ ਕਿਤੇ ਅਜਿਹੀ ਘਟਨਾ ਵਾਪਰਦੀ ਉਹਨਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਵੀ ਦਿੰਦੇ ਨੇ ਜੀ, ਅਤੇ ਪਰਿਵਾਰ ਜਿਹੜੇ ਬੜਾ ਵੱਡਾ ਉਹਨਾਂ ਵਾਸਤੇ ਧੱਕਾ ਲੱਗਾ ਆ, ਅਤੇ 10-10 ਲੱਖ ਰੁਪਈਏ ਦੀ ਅਸੀਂ ਕਹਾਂਗੇ ਕਿ ਉਹਨਾਂ ਦੀ ਆਰਥਿਕ ਸਹਾਇਤਾ ਕੀਤੀ ਜਾਵੇ ਅਤੇ ਨਾਲ ਉਹਨਾਂ ਨੂੰ ਸਰਕਾਰੀ ਨੌਕਰੀ ਵੀ ਦਿੱਤੀ। ਸ਼੍ਰੋਮਣੀ ਕਮੇਟੀ ਵੱਲੋਂ ਵੀ ਕੋਈ ਧਾਰਮਿਕ ਸਮਾਗਮ ਜਿਸ ਤਰ੍ਹਾਂ ਉਧਰੋਂ ਵੀ ਕੋਈ ਹੈਲਪ ਕੀਤੀ ਜਾ ਰਹੀ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਾਹਿਬ ਨੇ ਜੋ ਮੈਨੂੰ ਪਤਾ ਲੱਗਿਆ ਕਿ ਉਹਨਾਂ ਅਨਾਊਂਸ ਕੀਤਾ ਆ ਕਿ ਜੋ ਵੀ ਸਾਡੇ ਕੋਲੋਂ ਵੱਧ ਤੋਂ ਵੱਧ ਹੋ ਸਕੂਗਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰੇਗੀ, ਕਿਉਂਕਿ ਔਨ ਦਾ ਸਪੋਟ ਹੀ ਉਹਨਾਂ ਕੋਲੋਂ ਪ੍ਰਧਾਨ ਜੀ ਕੋਲੋਂ ਪੁੱਛਿਆ ਗਿਆ ਸੀਗਾ ਡਿਸਾਈਡ ਕਰਕੇ ਮੇਰਾ ਕਰਕੇ ਜੋ ਵੱਧ ਤੋਂ ਵੱਧ ਹੋਊਗਾ, ਕਿਉਂਕਿ ਧਾਰਮਿਕ ਸਮਾਗਮ ਸੀਗਾ ਬਾਬਾ ਦੀਪ ਸਿੰਘ ਜੀ ਦੇ ਨਾਲ ਸੰਬੰਧਿਤ ਨਗਰ ਕੀਰਤਨ ਸੀ ਅਤੇ ਔਰ ਇਹ ਨੌਜਵਾਨ ਜਿਹੜੇ ਬੜੀ ਸ਼ਰਧਾ ਦੇ ਨਾਲ ਜਿਹੜੇ ਸ਼ਾਮਿਲ ਹੋਏ ਸੀ ਅਤੇ ਇਹ ਕੌਮ ਵਾਸਤੇ ਇਹ ਧੱਕਾ ਹੈ ਅਤੇ ਕੌਮ ਦੀ ਜਿਹੜੀ ਜ਼ਿੰਮੇਵਾਰ ਸ਼ਖਸੀਅਤਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਨੂੰ ਇਸ ਪਾਸੇ ਧਿਆਨ ਦੇਣਾ ਵੀ ਬਣਦਾ ਅਤੇ ਉਹਨਾਂ ਨੇ ਐਲਾਨ ਵੀ ਕੀਤਾ ਕਿ ਅਸੀਂ ਜੋ ਵੀ ਸਾਡੇ ਤੋਂ ਵੱਧ ਤੋਂ ਵੱਧ ਹੋਊਗਾ ਉਹ ਕਰਾਂਗੇ। ਸਰ, ਤੁਹਾਡਾ ਹਲਕਾ, ਤੁਹਾਡਾ ਪਰਿਵਾਰ ਜਿਸਾ ਕਿਹਾ ਜਾ ਰਿਹਾ, ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਮਦਦ ਕੀਤੀ? ਦੇਖੋ, ਜੋ ਵੀ ਸਾਡੇ ਕੋਲੋਂ ਬਣੂਗੀ ਅਸੀਂ ਤਾਂ ਹਾਜ਼ਰ ਹਾਂ, ਸਾਡਾ ਤਾਂ ਆਪਣਾ ਪਰਿਵਾਰ ਹੈ ਜੀ, ਅਸੀਂ ਤਾਂ ਹਰੇਕ ਪੱਖੋਂ ਹੀ ਹਾਜ਼ਰ ਹਾਂ। ਠੀਕ ਹੈ ਜੀ, ਧੰਨਵਾਦ ਸਰ। ਇੱਕ ਜਿਹੜਾ ਨਗਰ ਕੀਰਤਨ ਨਿਕਲਿਆ ਸੀ, ਦੇਖੋ ਅੱਜ ਜਿਹੜਾ ਬਹੁਗੰਡ ਸਾਹਿਬ ਤੋਂ ਮਹਾਰਾਜ ਜੀ ਨੂੰ ਸਮਰਪਿਤ, ਬਾਬਾ ਦੀਪ ਸਿੰਘ ਜੀ ਨੂੰ ਸਮਰਪਿਤ ਜਿਹੜਾ ਅੱਜ ਨਗਰ ਕੀਰਤਨ ਬਹੁਗੰਡ ਸਾਹਿਬ ਤੋਂ ਟਾਲਾ ਸਾਹਿਬ ਜਾਣਾ ਸੀਗਾ, ਅੱਜ ਬਹੁਤ ਦੁਖਦਾਈ ਘਟਨਾ ਹੋਈ ਆ। ਔਰ ਜਦੋਂ ਇਹ ਨਗਰ ਕੀਰਤਨ ਆ ਰਿਹਾ ਸੀ, ਡਾਲੇ ਕੇ ਪਿੰਡ ਦੇ ਲਾਗੇ ਇੱਕ ਬਹੁਤ ਹੈਵੀ ਐਕਸਪਲੋਜ਼ਿਵ ਹੋਇਆ ਔਰ ਜਿਹਦੇ ਨਾਲ ਕਿ 2 ਜਾਨਾਂ ਚਲੇ ਗਈਆਂ ਔਰ ਤੀਸਰੀ ਇੱਕ ਮਾਸੂਮ ਬੱਚੀ ਜਿਹੜੀ ਆ ਉੱਤੇ ICU 'ਚ ਪਈ ਆ। ਔਰ ਮੈਂ ਸਮਝਦਾ ਜੇ ਇਹ ਅੱਛੀ ਤਰ੍ਹਾਂ ਇਹਨਾਂ ਦਾ ਇਲਾਜ, ਪ੍ਰਸ਼ਾਸਨ ਵੀ ਚਲੋ ਪੱਬਾਂ ਭਾਰ ਹੋਇਆ ਆ, ਅਸੀਂ ਸਾਰੇ ਹੀ ਲੱਗੇ ਹਾਂ, ਔਰ ਮੈਂ ਸਮਝਦਾ ਇਹ ਇੱਕ ਬੜੀ ਦੁੱਖਦਾਈ ਘਟਨਾ ਆ, ਕਿਉਂਕਿ ਜਿਹੜੇ ਨਗਰ ਕੀਰਤਨ ਹੁੰਦੇ ਨੇ ਜਾਂ ਜਿਹੜੇ ਆਪਾਂ ਖੁਸ਼ੀਆਂ ਦੇ ਦਿਹਾੜੇ ਮਨਾਉਂਦੇ ਹਾਂ ਉਹਨਾਂ 'ਚ ਇਹੋ ਜਿਹੀ ਗੱਲ ਵਾਪਰ ਜਾਣੀ ਇੱਕ ਬਹੁਤ ਹੀ ਦੁੱਖਦਾਈ ਆ। ਔਰ ਮੈਂ ਸਮਝਦਾ ਅੱਜ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਆ ਕਿ ਕੁਛ ਨਾ ਕੁਛ ਉਹ ਪਰਿਵਾਰਾਂ ਨੂੰ ਮੁਆਵਜ਼ੇ ਦੇ ਤੌਰ ਦੇ ਉੱਤੇ, ਮੈਂ ਸਮਝਦਾ ਇਹ ਘਾਟਾ ਪੂਰਾ ਹੋਣ ਵਾਲਾ ਨਹੀਂ ਗਾ, ਕਿਸੇ ਕੀਮਤ 'ਤੇ ਇਹ ਘਾਟਾ ਨਹੀਂ ਪੂਰਾ ਹੋ ਸਕਦਾ, ਪਰ ਇਹ ਇਹਨਾਂ 'ਤੇ ਜੇ ਮਲਮ ਲਾ ਸਕਦੇ ਹਾਂ ਤਾਂ ਆਪਾਂ ਇਹਨਾਂ ਦੇ ਪਰਿਵਾਰਾਂ ਨੂੰ ਕੁਛ ਭਾਵੇਂ ਕੋਈ ਨੌਕਰੀ ਦੇਈਏ ਜਾਂ ਇਹਨਾਂ ਨੂੰ ਕੋਈ ਚੰਗਾ ਮੁਆਵਜ਼ਾ ਦੇ ਕੇ ਕਮ ਸੇ ਕਮ ਆਉਣ ਵਾਲਾ ਸਮਾਂ ਹੀ ਇਹਨਾਂ ਦਾ ਚੰਗਾ ਹੋ ਜਾਵੇ। ਮੈਂ ਸਮਝਦਾ ਇਹੋ ਹੀ ਇਹਨਾਂ ਦੇ ਪਰਿਵਾਰਾਂ ਨੂੰ ਹੌਸਲਾ ਆ। ਸਰ, ਕਿੰਨੀਆਂ ਦੀ ਡੈਥ ਹੋਈ? 2 ਕੈਜੂਅਲਟੀਜ਼ ਹੋ ਚੁੱਕੀਆਂ ਨੇ
ਔਰ ਤੀਸਰੀ ਬੱਚੀ ਬਹੁਤ ਜ਼ਿਆਦਾ ਸੀਰੀਅਸ ਆ, ਜਿਹੜੀ ਕਿ ਮੈਂ ਸਮਝਦਾ ਕਿ ਜੋ ਮੈਨੂੰ ਹੁਣ ਪਤਾ ਲੱਗਾ, ਪਰਮਾਤਮਾ ਰਹਿਮਤ ਕਰੇ ਉਸ ਬੱਚੀ 'ਤੇ, ਕਿਰਪਾ ਕਰੇ ਅਤੇ ਉਹ ਆਪਣਾ ਤੰਦਰੁਸਤ ਹੋਵੇ। ਅਸੀਂ ਜ਼ਖਮੀ ਤਕਰੀਬਨ 10 ਤੋਂ 12-13 ਜਣੇ ਜਿਹੜੇ ਦੱਸੇ ਜਾਂਦੇ ਆ ਜ਼ਖਮੀ ਜਿਹੜੇ ਆ, ਔਰ ਵੈਰੀ ਸੀਰੀਅਸ। ਔਰ ਵੱਡੀ ਗੱਲ ਹੈ ਉਹਦੇ ਵਿੱਚ, ਇਹ ਛੋਟੇ ਛੋਟੇ ਬੱਚੇ ਨੇ ਜਿਹੜੇ 15-15, 16-16 ਸਾਲਾਂ ਦੇ ਇਹ ਬੱਚੇ ਨੇ, ਜਿਹਨਾਂ ਨੂੰ ਵਿਚਾਰਿਆਂ ਨੂੰ ਹਾਲੇ ਆਪਣੀ ਆਉਣ ਵਾਲਾ ਸਮਾਂ ਜਿਹੜਾ ਆ, ਜਿਹੜਾ ਆਪਣਾ ਭਵਿੱਖ ਬਣਾਉਣਾ ਸੀਗਾ, ਔਰ ਇਹ ਗੁਰੂ ਘਰ ਨਾਲ ਸਮਰਪਿਤ ਸੀ, ਗੁਰੂ ਘਰ ਨੂੰ ਇਹ ਗੁਰੂ ਘਰ ਦੇ ਨਾਲ ਜੁੜੇ ਸੀਗੇ, ਤਾਂ ਹੀ ਇਹ ਜਿਹੜੇ ਆ ਨਗਰ ਕੀਰਤਨ ਦੇ ਨਾਲ ਇਹ ਆ ਰਹੇ ਸੀ। ਦੇਖੋ ਮੁਆਵਜ਼ਾ ਮੈਂ ਤਾਂ ਕਹੂੰਗਾ ਵੀ ਕਮ ਸੇ ਕਮ ਇਹਨਾਂ ਦੇ ਘਰਾਂ ਦੇ ਵਿੱਚ ਕੋਈ ਇੱਕ ਇੱਕ ਦੋ ਦੋ ਨੌਕਰੀਆਂ ਦੇ ਦੇਵੇ ਸਰਕਾਰ ਕੋਈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲਾ ਸਮਾਂ ਹੀ ਇਹਨਾਂ ਦਾ ਚੰਗਾ ਹੋ ਜੇ। ਸੋ ਇਹ ਕਿਉਂਕਿ ਪੈਸਾ ਮੈਨੂੰ ਹੁਣੇ ਪਤਾ ਲੱਗਾ ਸੀ 2 ਲੱਖ ਰੁਪਈਆ ਸਰਕਾਰ ਦੇ ਰਹੀ। ਦੱਸੋ ਇੱਕ ਘਰ ਦਾ ਜੀ ਚਲੇ ਜਾਣਾ, ਇੱਕ ਅਹਿਮ ਜਵਾਨ ਬੱਚਾ ਚਲੇ ਜਾਣਾ, 2 ਲੱਖ ਰੁਪਈਆ ਉਹਦੇ ਇਹ ਗੱਲ ਕਰਦੇ ਆਪਾਂ ਚੰਗੇ ਲੱਗਦੇ ਹਾਂ। ਸੋ ਇਸ ਕਰਕੇ ਇਹ ਨਾ ਪੂਰਾ ਹੋਣ ਵਾਲਾ ਘੱਟ ਆਇਆ, ਇਹਦੇ ਲਈ ਤਾਂ ਜੋ ਆਪਾਂ ਵੱਧ ਤੋਂ ਵੱਧ ਕਰ ਦਈਏ ਉਹ ਥੋੜ੍ਹਾ ਆ, ਜੋ ਕਰ ਦਈਏ ਉਹ ਥੋੜ੍ਹਾ। ਦੇਖੋ ਨਾਨ ਮੋਰਪੀ ਸਿੰਘ ਭਿੱਖੀ ਪਿੰਡ ਦਾ ਰਹਿਣ ਵਾਲਾ, ਅਤੇ ਅਸੀਂ ਡੱਲ ਗਿਆਂ ਤੋਂ ਅੱਗੇ ਜਿਹੜਾ ਗੁਰਦੁਆਰਾ ਸਾਹਿਬ ਆਉਂਦਾ ਜੀਓ ਵਾਲੇ ਲਾਗੇ, ਉੱਥੇ ਮਤਲਬ ਕਿ ਉੱਤਰ ਗਏ ਅਤੇ ਟਰਾਲੀ 'ਚ ਜਿਹੜੇ ਬੰਬ ਸੀਗੇ ਉੱਥੋਂ ਉੱਤਰੇ ਸੀਗੇ, ਅਤੇ ਬਾਅਦ ਵਿੱਚ ਪਤਾ ਨਹੀਂ ਲੱਗਾ ਇੱਕਦਮ ਕੀ ਬਲਾਸਟ ਜਿਹਾ ਹੋ ਗਿਆ। ਮੈਂ ਟਰਾਲੀ ਦੇ ਸਾਈਡ 'ਤੇ ਬੈਠਾ ਸੀਗਾ ਅਤੇ ਬਾਅਦ ਵਿੱਚ ਇੱਕਦਮ ਹਨੇਰਾ ਹੋ ਗਿਆ ਅਤੇ ਕੋਈ ਪਤਾ ਨਹੀਂ ਲੱਗਾ, ਅਤੇ ਜਦੋਂ ਬਾਅਦ ਵਿੱਚ ਥੋੜ੍ਹੀ ਜਿਹੀ ਹੋਸ਼ ਆਈ ਅਤੇ ਮੈਂ ਦੇਖਿਆ ਸਭ ਕੁਝ, ਟਰਾਲੀ ਵੀ ਟੁੱਟੀ ਪਈ ਸੀਗੀ ਅਤੇ ਹੋਰ ਵੀ ਕਾਫੀ ਜ਼ਿਆਦਾ ਨੁਕਸਾਨ ਹੋਇਆ ਛੋਟੇ ਛੋਟੇ ਬੱਚਿਆਂ ਦਾ, ਅਤੇ ਬਾਅਦ ਵਿੱਚ ਸਾਨੂੰ ਲੈ ਕੇ ਇੱਥੇ ਸਿਵਲ ਹੋਸਪਿਟਲ ਲੈ ਕੇ ਆਇਆ ਗਿਆ ਜੀ। ਟਰਾਲੀ ਦੇ ਵਿੱਚ ਕਮ ਸੇ ਕਮ 10 ਤੋਂ 11 ਜਾਣੇ ਹੋਣੇ ਜੀ। ਇਹ ਗੁਰਦੁਆਰਾ ਪਾਉਗਣ ਸਾਹਿਬ ਤੋਂ ਨਗਰ ਕੀਰਤਨ ਨਿਕਲਿਆ ਸੀਗਾ ਅਤੇ ਟਾਲਾ ਸਾਹਿਬ ਜਾਣਾ ਸੀਗਾ। ਨਹੀਂ ਕੋਈ ਭਾਈ ਵੀ ਨਹੀਂ, ਇਹਨਾਂ ਨਹੀਂ ਪਤਾ ਲੱਗਾ ਕਿ ਮੈਂ ਅਜੇ ਉੱਤਰ ਕੇ ਲਾਗੇ ਖੜਾ ਸੀਗਾ ਅਤੇ ਇੱਕਦਮ ਬਲਾਸਟ ਹੋਇਆ। ਉਹਦੇ ਵਿੱਚ ਥੋੜ੍ਹੀ ਬਹੁਤ ਪਟਾਕੇ ਪਏ ਹੈਗੇ ਸੀਗੇ ਜਿਸ ਕਰਕੇ ਇਹ ਹੋਇਆ। ਮੇਰੇ ਹਿਸਾਬ ਨਾਲ 7 ਤੋਂ 8 ਜਣੇ ਜ਼ਖਮੀ ਹੋਏ, 10 ਜਣੇ ਹੀ ਆਏ ਸੀ ਕਮ ਸੇ ਕਮ, 10 ਨਹੀਂ ਹੋਏ ਸਾਰੇ। ਹਾਂਜੀ, ਇੱਕ ਬੱਚੇ ਦੀ ਡੈਥ ਹੋਈ ਹੈ, ਇੰਨਾ ਨਹੀਂ ਪਤਾ ਹੀ ਹੋਊਗਾ 10-12 ਸਾਲ ਦਾ। ਮੇਰਾ ਨਾਮ ਸਰਗੁਣ ਸਿੰਘ ਆ, ਮਾੜੀ ਮੇਘਾ ਤੋਂ। ਇਹ ਟਰੈਕਟਰ ਟਰਾਲੀ 'ਚ ਬੰਬ ਸੀ ਥੋੜ੍ਹੇ ਜਿਹੇ, ਅਤੇ ਕੁਝ ਪਤਾ ਨਹੀਂ ਕਿਵੇਂ ਉਹਨਾਂ ਨੂੰ ਅੱਗ ਲੱਗ ਗਈ ਅਤੇ ਉਹ ਫੜ ਗਏ ਸਾਰੇ। ਮੇਰੇ ਹੱਥ 'ਤੇ ਆ ਬਸ, ਬਸ ਕੰਨ 'ਤੇ ਥੋੜ੍ਹੀ ਜੀ। ਟਰਾਲੀ ਟਰੈਕਟਰ ਦੇ ਟਰਾਲੀ 'ਚ ਹੈਗੇ ਕੋਈ 12-13 ਜਣੇ, ਚੰਗਿਆੜੇ ਚੁੰਗਿਆੜੇ ਨਾਲ। ਮੇਰਾ ਨਾਮ ਮੋਰਪ੍ਰੀਤ ਸਿੰਘ,
ਹਰਨੋਰ ਸਿੰਘ ਕਿਹੜਾ ਪਿੰਡ ਤੁਹਾਡਾ? ਇਹ ਕਿਸ ਐਕਸੀਡੈਂਟ ਹੋਇਆ ਜਿਹੜਾ? ਅਸੀਂ ਟਰਾਲੀ 'ਚ ਬੈਠੇ ਪਿੱਛੇ ਪਟਾਕੇ ਚਲਾਉਣ ਦਾ ਸੀ, ਉਦੋਂ ਪਤਾ ਨਹੀਂ ਕੀ ਹੋਇਆ, ਸਾਰੇ ਪਟਾਕੇ ਇੱਕੋ ਵਾਰ ਚੱਲ ਰਹੇ ਟਰਾਲੀ 'ਚ ਬੈਠਿਆਂ ਦੇ। ਅੱਛਾ ਅੱਛਾ, ਅਤੇ ਕਿੰਨੇ ਵਜੇ ਜ਼ਖਮੀ ਹੋ ਗਏ ਤੁਸੀਂ? ਸਾਰੇ ਜ਼ਖਮੀ ਹੋਏ ਪਏ, ਪਤਾ ਨਹੀਂ ਲੱਗਣ ਦਾ ਕਿੱਥੇ ਕਿਹੜਾ ਕਿੱਥੇ ਪਿਆ। ਕੋਈ ਕਿ ਡੈਥ ਵੀ ਕਿਸੇ ਹੋਈ ਉੱਥੇ? ਨਹੀਂ ਨਹੀਂ, ਪਤਾ ਨਹੀਂ ਲੱਗਣ ਦਾ ਅਜੇ, ਪਤਾ ਲੱਗਣ। ਲੱਕ ਚ ਕਿਹਦੇ? ਲੱਕ ਚ ਹੋ ਗਿਆ, ਗੋਡੇ ਤੇ ਤਾਂ ਨਹੀਂ ਸਰ ਕੋਈ ਸੱਟ ਪੜਾ, ਪਜਾਮਾ ਬਹੁਤ ਬੁਰੀ ਹਾਲਤ ਚ। ਹਾਦਸੇ ਦੇ ਵਿੱਚ ਇਹ ਹੈਗਾ ਜਿਹੜਾ ਹੋਇਆ, ਇੱਕ ਤਾਂ ਇਹਦੀ ਇੰਕੁਆਇਰੀ ਆਨਰੇਬਲ ਸੀ ਐਮ ਸਾਹਿਬ ਨੇ ਕਰ ਦਿੱਤੀ ਹੈ, ਡਿਕਲੇਅਰ ਇੱਕ ਇਹਦੀ ਇੰਕੁਆਇਰੀ ਕੀਤੀ ਜਾ ਰਹੀ ਹੈ, ਮੈਜਿਸਟਰੀਅਲ ਇੰਕੁਆਇਰੀ ਹੋਵੇਗੀ ਇਹਦੀ। ਸੈਕੰਡਲੀ ਜਿਹੜਾ ਹੈਗਾ ਵਾ, ਇਹਦੇ ਵਿੱਚ ਜਿਹੜੀ ਦੋ ਕੈਜੂਲਿਟੀਜ਼ ਹੋਈਆਂ ਹੈਗੀਆਂ, ਉਹਨਾਂ ਨੂੰ 5-5 ਲੱਖ ਰੁਪਈਆ ਕੰਪਨਸੇਸ਼ਨ ਦਿੱਤੀ ਜਾ ਰਹੀ ਹੈ, ਅਤੇ ਟ੍ਰੀਟਮੈਂਟ ਜਿਹੜਾ ਇਹਨਾਂ ਦਾ ਸਾਰਾ ਜਿਹੜਾ ਹੈ ਸਰਕਾਰ ਕਰੇਗੀ। ਠੀਕ ਹੈ, ਠੀਕ ਹੈ ਸਰ। ਐਡਾ ਵੱਡਾ ਹਾਦਸਾ ਹੋਇਆ, ਇੱਧਰ 5-6 ਗੱਡੀਆਂ।